ਵਿਸਾਖੀ ਦੇ ਮੇਲੇ ਤੇ ਮੱਥਾ ਟੇਕਣਾ ਹੈ, ਨਵੀਂ ਗੱਡੀ ਲਈ ਸੀ ਉਹਦਾ ਮੱਥਾ ਟਿਕਾਉਣਾ ਹੈ, ਤੁਸੀਂ ਸਾਰੇ ਖੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਗੁਰੂ ਦੇ ਦਰਸ਼ਨ ਹੋ ਗਏ, ਸੰਗਤ ਦੇ ਦਰਸ਼ਨ ਹੋ ਗਏ, ਐਡੀ ਵੱਡੀ ਪ੍ਰੈਸ ਆ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ, ਉਹ ਵੀ ਸਮਝ ਲਾ, ਉਹਦੇ ਵੀ ਦਰਸ਼ਨ ਹੋ ਗਏ, ਬਹੁਤ ਧੰਨਵਾਦ। ਹੋਰ ਦੱਸੋ ਕੀ ਕਹੋਗੇ? ਕੁਛ ਨੀ, 9 ਮਿੰਟ ਹੈ ਹਲੇ ਤਾਂ, ਫਿਰ ਦੱਸਾਂਗੇ। ਨਹੀਂ, ਜੋ ਮਾਹੌਲ ਬਣਿਆ ਹੈ, ਮਾਹੌਲ ਵਧੀਆ, ਅਕਾਲੀ ਦਲ ਦੇ ਹੱਕ ਚ ਵਧੀਆ ਮਾਹੌਲ ਬਣਿਆ ਵਾ। ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ, ਜੇ ਕੋਈ ਲੁੱਕ ਲਪੇਟੀ ਤੇ ਗੱਲ ਹੈ ਨੀ ਗੀ, ਜੇ ਕਹੀਏ ਵੀ ਕੋਈ ਲੁੱਕ ਲਪੇਟੀ ਹੈ ਕਿਸੇ ਨੂੰ, ਜਾਂ ਤਾਂ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ਼ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ਼ ਸ਼ਿਕਾਇਤ ਆਉਂਦੀ, ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ। ਸ਼ਿਕਾਇਤ ਨਹੀਂ, ਮੈਂ ਤਾਂ ਰੋਕਿਆ ਸੀ ਵੀ ਨਾ ਜਾਓ, ਅਗਲੇ ਬੱਚੇ ਦੀ ਮਰਜ਼ੀ ਹੈ, ਮੈਂ ਤਾਂ ਅੱਜ ਵੀ ਕਹਿਣਾ ਵੀ ਟਿਕਟ ਦਾ ਚਲੋ ਵੇਖੀ ਜਾਊ, ਦੇਣਗੇ ਨਹੀਂ ਦੇਣਗੇ ਕੀ ਕਰਨਗੇ, ਜਦੋਂ ਇਹ ਹਾਲਾਤ ਹੋਣਗੇ ਉਹੋ ਜਿਹੇ ਵੇਖਣ। ਤੁਹਾਡਾ ਆਪਣਾ ਇੱਕ ਕਰਦਾ ਜੀ ਸਿਆਸਤ ਦੇ ਵਿੱਚ, ਫਿਰ ਕਿਹਦੇ ਕਨੀ ਤੁਸੀਂ ਆਜੂਗਾ ਸਮਾਂ, ਉਹਦਾ ਜਵਾਬ ਦੇਵਾਂਗੇ ਤੁਹਾਨੂੰ। ਮਲੂਕਾ ਸਾਹਿਬ, ਤੁਸੀਂ ਖੁਦ ਮੌੜ ਮੰਡੀ ਦੇ ਹਲਕਾ ਇੰਚਾਰਜ ਸੀਗੇ, ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋਂ ਦਾ, ਕੋਈ ਗੱਲ ਨਹੀਂ, ਫਿਰ ਕੀ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ, ਸੁਖਬੀਰ ਜੀ ਪ੍ਰਧਾਨ ਹੈ ਪਾਰਟੀ ਦੇ, ਮਾਲਕ ਨੇ, ਕਿਸੇ ਨੂੰ ਵੀ ਲਾ ਸਕਦੇ ਆ, ਉਹਨਾਂ ਦਾ ਅਧਿਕਾਰ ਹੈ ਇਹ, ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕਿਤੇ ਨਾ ਕਿਤੇ ਇਹ ਨਹੀਂ ਗਾ ਜੀ, ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋਊਗੀ, ਕੋਈ ਪ੍ਰੋਬਲਮ ਦੇ ਨਾਲ ਜਾਂ ਸੱਚੇ ਸੱਚੇ ਪਾਤਸ਼ਾਹ ਨਾ ਪ੍ਰੋਬਲਮ ਖੜੀ ਕਰੇ, ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ, ਇੱਕ ਵਾਹਿਗੁਰੂ ਨਾਲ ਰਵੇ, ਬਾਕੀ ਸਭ ਠੀਕ ਹੈ। ਤੁਹਾਡੇ ਤੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ, ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉੱਤੇ ਕਰਿਓ, ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਰਹੋਗੇ ਜਾਂ? ਮੈਂ ਕਿਹਾ ਇਹ ਸਵਾਲ ਉੱਤੇ ਕਰਿਓ, ਮੈਂ ਅਕਾਲੀ ਦਲ ਚ ਹੈਗਾ, ਜਦੋਂ ਮੈਂ ਗਿਆ ਉਦੋਂ ਸਵਾਲ ਕਰੋ ਨਾ, ਐਵੇਂ ਮੈਨੂੰ ਭੇਜੀ ਜਾਂਦੇ ਆ ਮੱਲੋ ਮੱਲੀ, ਤੁਸੀਂ ਕਿਹਾ ਜਾ ਰਿਹਾ ਪ੍ਰਧਾਨ ਨੇ, ਚਲ ਬਸ 2 ਮਿੰਟ, ਥੈਂਕ ਯੂ।